ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਪੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਅੱਜ ਪੰਜਾਬ ਦਾ ਮੌਸਮ ਠੀਕ ਰਿਹਾ ਪਰ ਪੰਜਾਬ ਦੇ ਵਿੱਚ ਅੱਜ ਰੁਕ ਰੁਕ ਕੇ ਫੇਰ ਮੀਂਹ ਪੈਂਦਾ ਰਿਹਾ ਸਵੇਰ ਦੇ ਵੇਲੇ ਜਲੰਧਰ ਦੇ ਵਿੱਚ ਚੋਖਾ ਮੀਂਹ ਪਿਆ ਰਾਤ ਦੇ ਵੇਲੇ ਵੀ ਪੈਂਦਾ ਰਿਹਾ ਰੁਕ ਰੁਕ ਕੇ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਟੱਟ ਜਾਂ ਵੱਧ ਮੀਂਹ ਪਿਆ ਜਿਦੇ ਕਰਕੇ ਲਗਾਤਾਰ ਕਈ ਥਾਵਾਂ ਦੇ ਉੱਤੇ ਫਸਲਾਂ ਡੁੱਬਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਕਿਉਂਕਿ ਆਪਾਂ ਜਾਣਦੇ ਹਾਂ ਕਿ ਖੱਗਰ ਦਾ ਬੰਨ ਟੁੱਟ ਗਿਆ ਜਿਸ ਦੇ ਕਰਕੇ ਕਿਸਾਨ ਬੇਹੱਦ ਪਰੇਸ਼ਾਨ ਹਨ ਇਸੇ ਤਰੀਕੇ ਦੇ ਨਾਲ ਫਰੀਦਕੋਟ ਖੇਤਰ ਦੇ ਵਿੱਚ ਵੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਢੋਨਾ ਪਾਣੀ ਦੇ ਨਾਲ ਭਰ ਗਿਆ ਤੇ ਅੰਦਾਜ਼ੇ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 27000 ਇਕੜ ਤੋਂ ਵੱਧ ਫਸਲ ਹੈ ਜਿਹੜੀ ਉਹ ਇਸ ਮੀਂਹ ਦੇ ਕਰਕੇ ਬਰਬਾਦ ਹੋ ਚੁੱਕੀ ਹੈ ਉਹਦੇ ਵਿੱਚ ਪਸ਼ੂਆਂ ਵਾਲਾ ਚਾਰਾ ਵੀ ਸ਼ਾਮਿਲ ਹੈ ਉਹਦੇ ਵਿੱਚ ਬਾਕੀ ਫਸਲਾਂ ਵੀ ਸ਼ਾਮਿਲ ਹੈਗੀਆਂ ਯਾਨੀ ਕਿ ਕਿਸਾਨ ਇਸ ਵਕਤ ਫੇਰ ਔਖੀ ਸਥਿਤੀ ਦੇ ਵਿੱਚ ਹੈ ਭਾਵੇਂ ਕਿ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਆ ਕਿ ਗਿਰਦੌਰੀਆਂ ਕਰਕੇ ਤੇ ਕਿਸਾਨਾਂ ਦੀ ਜ਼ਮੀਨ ਦੀ ਜੋ ਉਹ ਨਿਸ਼ਾਨਦੇਹੀ ਕੀਤੀ ਜਾਵੇ ਕਿ ਕਿਹਦੀ ਕਿੰਨੀ ਫਸਲ ਪ੍ਰਭਾਵਿਤ ਹੋਈ ਆ ਕਿਹਦਾ ਕਿੰਨਾ ਨੁਕਸਾਨ ਹੋਇਆ ਇਹ ਨੁਕਸਾਨ ਦੇ ਆਧਾਰ ਦੇ ਉੱਤੇ ਅਸੀਂ ਮੁਆਵਜ਼ਾ ਦੇਵਾਂਗੇ ਪਰ ਵਕਤ ਪਿੰਡਾਂ ਦੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ ਪਹਿਲਾਂ ਵੀ ਜਦੋਂ ਸਾਡੀਆਂ ਕਦੇ ਸੋਕੇ ਦੇ ਕਰਕੇ ਕਦੇ ਹੜ੍ਹ ਦੇ ਕਰਕੇ ਫਸਲਾਂ ਬਰਬਾਦ ਹੋਈਆਂ ਉਸ ਵਕਤ ਵੀ ਸਾਨੂੰ ਕਹਿੰਦੇ ਰਹੇ ਆ ਕਿ ਮੁਆਵਜ਼ਾ ਵੇਲੇ ਸਰ ਦੇਵਾਂਗੇ ਪਹਿਲੀ ਗੱਲ ਤਾਂ ਇਹ ਮਿਲਦਾ ਨਹੀਂ ਕਈ ਵਰੇ ਤੇ ਜੇਕਰ ਮਿਲਦਾ ਤਾਂ ਬਹੁਤ ਨਿਗੂਣੀ ਰਕਮ ਹੁੰਦੀ ਹੈ ਜਿਹੜੀ ਲਈ ਤੇ ਨਾਲ ਲਈ ਇੱਕ ਬਰਾਬਰ ਹੁੰਦੀ ਹੈ ਪਰ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਅੰਦਰ ਫੇਰ ਚੋਖਾ ਮੀਂਹ ਪੈ ਸਕਦਾ ਹੈ ਤੇ ਜੇਕਰ ਉਹ ਮੀਂਹ ਸੱਚੀ ਮੁੱਚੀ ਕਹੇ ਦੇ ਮੁਤਾਬਕ ਚੋਖਾ ਪਿਆ ਤਾਂ ਫਿਰ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਕਈ ਖੇਤਰ ਜਿਸ ਤਰੀਕੇ ਨਾਲ ਪਟਿਆਲਾ ਤੇ ਜਿਸ ਤਰੀਕੇ ਦੇ ਨਾਲ ਬਠਿੰਡਾ ਸ਼ਹਿਰ ਡੁੱਬਿਆ ਇਹ ਬਹੁਤ ਹੋਰ ਵੱਡਾ ਖਤਰਾ ਵੱਧ ਸਕਦਾ ਹੈ ਅੱਜ ਇੱਕ ਬੜੀ ਦੁੱਖ ਦੀ ਖਬਰ ਹੈ ਜਿਹੜੀ ਉਹ ਸਾਂਝੀ ਕਰਨੀ ਪੈ ਰਹੀ ਹੈ ਕਿ ਹਰ ਸਮਰਤਕ ਔਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਫੇਰ ਸ਼ਬਦਕ ਜੰਗ ਦੇ ਵਿੱਚ ਰੁੱਝੇ ਹੋਏ ਸੀ ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਹੈ ਕਿ 100 ਕਰੋੜ ਰੁਪਇਆ ਬਠਿੰਡੇ ਦੀ ਨਗਰ ਨਿਗਮ ਦੇ ਕੋਲ ਪਿਆ ਉਹਨਾਂ ਨੇ ਇਹਦੀ ਵਰਤੋਂ ਕਿਉਂ ਨਹੀਂ ਕੀਤੀ ਤੀਜੀ ਵਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬਣੀ ਹੈ ਉਹਦੇ ਵੱਲੋਂ ਐਮਪੀ ਲੈਂਡ ਫੰਡ ਦੇ ਵਿੱਚੋਂ ਕਿਉਂ ਨਹੀਂ ਕੁਝ ਦਿੱਤਾ ਜਾਂਦਾ ਬਹੁਤ ਕੁਝ ਹੋ ਸਕਦਾ ਸੀ ਪਰ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਪਾਣੀ ਦੇ ਨਿਕਾਸ਼ ਦੇ ਲਈ ਪਰ ਉਸ ਤੋਂ ਉਲਟੇ ਰੂਪ ਦੇ ਵਿੱਚ ਹਰਸਿਮਰਤ ਕੌਰ ਬਾਦਲ ਇਹ ਗੱਲ ਕਹਿ ਰਹੇ ਆ ਕਿ ਜੀ ਮਨਪ੍ਰੀਤ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕੈਪਟਨ ਸਰਕਾਰ ਨੂੰ ਚਾਹੀਦਾ ਕਿ ਉਹ ਮਨਪ੍ਰੀਤ ਦੀ ਖਿਚਾਈ ਕਰੇ ਕਿਉਂਕਿ ਇਹ ਬਠਿੰਡੇ ਤੋਂ ਵਿਧਾਇਕ ਹੈ ਵਰਤਮਾਨ ਪੰਜਾਬ ਦੇ ਵਿੱਚ ਵਿੱਤ ਮੰਤਰੀ ਹੈ ਤੇ ਇਸ ਕਰਕੇ ਇਹਨਾਂ ਨੇ ਬਠਿੰਡੇ ਦੀ ਸਾਰ ਨਹੀਂ ਲਈ ਯਾਨੀ ਕਿ ਇਸ ਵਕਤ ਪੰਜਾਬ ਦਾ ਪੈਰਸ ਪਾਣੀ ਦੇ ਵਿੱਚ ਰੁੜ ਰਿਹਾ ਢੀਲਾਂ ਦਾ ਸ਼ਹਿਰ ਬਠਿੰਡਾ ਇਸ ਵਕਤ ਦਰਿਆ ਵਰਗਾ ਬਣਿਆ ਪਿਆ ਹੁਣ ਜਿੱਕਰ ਚੱਲਦੇ ਆ ਸਿੱਧੂ ਤੇ ਕੈਪਟਨ ਦੀ ਖਬਰ ਦੇ ਨਾਲ ਸਬੰਧਤ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਜੋ ਪੰਬਲ ਪੂਸਾ ਵਧਿਆ ਜੋ ਤਣਾ ਤਣੀ ਵਧੀਆ ਜੋ ਹਰ ਰੋਜ਼ ਇਸ ਗੱਲ ਦੀ ਸੰਭਾਵਨਾ ਪੈਦਾ ਹੁੰਦੀ ਹੈ ਕਿ ਸ਼ਾਇਦ ਅੱਜ ਮਾਮਲਾ ਲੋਟਾ ਜਾਵੇ ਸ਼ਾਇਦ ਅੱਜ ਮਸਲਾ ਹੱਲ ਹੋ ਜਾਵੇ ਸ਼ਾਇਦ ਹੁਣ ਤੋਂ ਘੰਟੇ ਬਾਅਦ ਕੋਈ ਨਾ ਕੋਈ ਖਬਰ ਆ ਜਾਵੇ ਪਰ ਮਾਮਲਾ ਇਹ ਬਿਲਕੁਲ ਜਾਮ ਹੋ ਕੇ ਰਹਿ ਗਿਆ ਜਿਵੇਂ ਚੱਕੇ ਜਾਮ ਹੁੰਦੇ ਗੱਡੀ ਦੇ ਹਾਲ ਦੀ ਘੜੀ ਇਹ ਮਾਮਲਾ ਉਵੇਂ ਜਾਮ ਹੋ ਕੇ ਰਹਿ ਗਿਆ ਨਵਜੋਤ ਸਿੰਘ ਸਿੱਧੂ ਹਰਾਂਡੇ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ ਇਹੋ ਜੀਆਂ ਖਬਰਾਂ ਪ੍ਰੋਸੈਜ ਯੋਗ ਸੂਤਰ ਦੇ ਰਹੇ ਆ ਪਰ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਉਹਨਾਂ ਦੇ ਵੱਲੋਂ ਭੇਜੇ ਗਏ ਅਸਤੀਫੇ ਦੇ ਉੱਤੇ ਕੋਈ ਗੌਰ ਫਰਮਾਈ ਕਰਨੀ ਰਹੀਂ ਰਹੇ ਜਾਂ ਪੜ੍ਹ ਨਹੀਂ ਰਹੇ ਜਾਂ ਜਿਹੜੀ ਇਬਾਰਤ ਵਿੱਚ ਲਿਖੀ ਆ ਉਹ ਪੜ੍ਹ ਕੇ ਦੱਸਣ ਵਾਲੀ ਨਹੀਂ ਜਾਂ ਉਹਨਾਂ ਦੀਆਂ ਕਈ ਮਜਬੂਰੀਆਂ ਜਿਨ੍ਹਾਂ ਦੇ ਕਰਕੇ ਉਹ ਅਸਤੀਫਾ ਮਨਜ਼ੂਰ ਕਰ ਹੀ ਨਹੀਂ ਸਕਦੇ ਇਹਦੇ ਬਾਬਤ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਂਝ ਪਾਈ ਸੀ ਪਰ ਹੁਣ ਨਵੀਂ ਜਾਣਕਾਰੀ ਇਹ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਚਾਰਜ ਛੱਡਣ ਤੋਂ ਪਹਿਲਾਂ ਪਹਿਲਾਂ ਇੱਕ ਇਹੋ ਜੀ ਗੱਲ ਕੀਤੀ ਹੈ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਆਲਾ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਭਾਵੇਂ ਕੀ ਗੱਲ ਕਹੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਚਾਰਜ ਛੱਡਣ ਮੌਕੇ ਕੀਮਤੀ ਫਾਈਲਾਂ ਜਿਹੜੀਆਂ ਉਹ ਦੇਰਤੀਆਂ ਸੀ ਉਹਨਾਂ ਨੇ ਆਪਣੇ ਕੋਲ ਨਹੀਂ ਰੱਖੀਆਂ ਪਰ ਇਸ ਵਕਤ ਸਥਾਨਕ ਸਰਕਾਰਾਂ ਮਹਿਕਮਿਆਂ ਦੀਆਂ ਪੰਜ ਫਾਈਲਾਂ ਇਹੋ ਜੀਆਂ ਜਿਹੜੀਆਂ ਬਹੁਤ ਮਹੱਤਵਪੂਰਨ ਜਿਹੜੀਆਂ ਗਾਇਬ ਹੋ ਚੁੱਕੀਆਂ ਉਹ ਕੌਣ ਲੈ ਗਿਆ ਕਿੱਧਰ ਗਈਆਂ ਇਹਦੀ ਪਾਲ ਜੰਗੀਪੱਦਰ ਦੇ ਉੱਤੇ جاری ਹੈ ਵਰਤਮਾਨ ਸਮੇਂ ਦੇ ਵਿੱਚ ਬ੍ਰਹਮਹਿੰਦਰਾ ਸਥਾਨਕ ਸਰਕਾਰਾਂ ਮਹਿਕਮੇ ਦੇ ਮੰਤਰੀ ਹੈ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਨਵਜੋਤ ਸਿੰਘ ਸੋਦੂ ਦੇ ਫੋਨ ਦੀਆਂ ਟੱਲੀਆਂ ਖੜਕਾਈ ਜਾਓ ਜਦੋਂ ਵੀ ਉਹ ਚੱਕਣ ਤਾਂ ਫਿਰ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਕਿਤੇ ਫਾਈਲਾਂ ਦੇਖੀਆਂ ਤਾਂ ਨਹੀਂ ਤੇ ਇਹਨਾਂ ਪੰਜਾਂ ਫਾਈਲਾਂ ਦੇ ਵਿੱਚ ਇੱਕ ਜਿਹੜੀ ਫਾਈਲ ਹੈ ਉਹ ਲੁਧਿਆਣੇ ਦੇ ਸਿਟੀ ਸੈਂਟਰ ਕੋਟਾਲੇ ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜਿਆ ਕਿਉਂਕਿ ਸੀਬੀਆਈ ਕਲੀਨ ਚਿੱਟ ਦੇ ਚੁੱਕੀ ਹੈ ਇਸ ਕੇਸ ਨੂੰ ਰਫਾ ਦਫਾ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਈ ਕਰਨ ਕਰਕੇ ਇਸ ਕਰਕੇ ਕੈਪਟਨ ਤੇ ਸਿੱਧੂ ਦੀ جنگ ਦੇ ਨਾਲ ਇਹਨਾਂ ਫਾਈਲਾਂ ਦੇ ਗਾਇਬ ਹੋਣ ਨੂੰ ਜੋੜ ਕੇ ਦੇਖਿਆ ਜਾ ਰਿਹਾ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਨਵਾਂ ਪੁਵਾੜਾ ਪੈ ਗਿਆ। ਸੂਤਰਾਂ ਦੇ ਮੁਤਾਬਕ ਵਿਭਾਗ ਦੇ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਬੰਧਿਤ ਕੁਝ ਫਾਈਲਾਂ ਗੁੰਮ ਹੋ ਗਈਆਂ। ਇਹਨਾਂ ਵਿੱਚੋਂ ਇੱਕ ਫਾਈਲ ਲੁਧਿਆਣਾ ਸਿਟੀ ਸੈਂਟਰ ਕੋਟਾਲੇ ਨਾਲ ਸੰਬੰਧਿਤ ਹੈ। ਇਸ ਕੇਸ ਦੇ ਵਿੱਚ ਕੈਪਟਨ ਦਾ ਵੀ ਨਾਮ ਬੋਲਦਾ ਹੈ। ਵੈਸੇ ਪੰਜਾਬ ਵਿਜੀਲੈਂਸ ਬਿਊਰੋ ਪਹਿਲਾਂ ਹੀ 1144 ਕਰੋੜ ਰੁਪਏ ਦੇ ਇੱਕ ਥੇਤ ਲੁਧਿਆਣਾ ਸਿਟੀ ਸੈਂਟਰ ਕੋਟਾਲੇ ਵਿੱਚ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਇਸ ਕੇਸ ਨੂੰ ਬੰਦ ਕਰਵਾਉਣ ਦੀ ਤਿਆਰੀ ਹੈ। ਇੰਨਾ ਫਾਈਲਾਂ ਨੂੰ ਕੈਪਟਨ ਤੇ ਸਿੱਧੂ ਦੀ ਜੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਸਿੱਧੂ ਨੇ ਚਾਰਜ ਛੱਡਣ ਵੇਲੇ ਫਾਈਲਾਂ ਵਾਪਸ ਸੌਂਪ ਦਿੱਤੀਆਂ ਸਨ ਪਰ ਹੁਣ ਕੁਝ ਅਹਿਮ ਫਾਈਲਾਂ ਨਹੀਂ ਮਿਲ ਰਹੀਆਂ ਸੂਤਰਾਂ ਦੇ ਮੁਤਾਬਕ ਜਿਹੜੀਆਂ 5 ਫਾਈਲਾਂ ਗੁੰਮ ਨੇ ਉਹਨਾਂ ਵਿੱਚ ਈਸ਼ਰ ਨਗਰ ਲੁਧਿਆਣਾ ਦੀ ਖੇਤੀਬਾੜੀ ਜ਼ਮੀਨ ਵਿੱਚ ਨਜਾਇਜ਼ ਉਸਾਰੀਆਂ ਨਾਲ ਸੰਬੰਧਿਤ ਫਾਈਲ ਨਗਰਪਾਲਿਕਾਵਾਂ ਦੇ ਅਧਿਕਾਰ ਖੇਤਰ ਵਿੱਚੋਂ ਮਨੋਰੰਜਨ ਟੈਕਸ ਨਾਲ ਸੰਬੰਧਿਤ ਫਾਈਲ ਨਗਰ ਪੰਚਾਇਤ ਮਹਿਰਾਜ ਬਠਿੰਡਾ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਸੰਬੰਧਿਤ ਫਾਈਲ ਵੀ ਸ਼ਾਮਿਲ ਹੈ ਇਹ ਫਾਈਲਾਂ ਕਾਇਬ ਹੋਣ ਤੋਂ ਬਾਅਦ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਫਸਰ ਇਹਨਾਂ ਫਾਈਲਾਂ ਨੂੰ ਲੱਭਣ ਵਿੱਚ ਜੁੱਟ ਗਏ ਨੇ ਇਸ ਵੇਲੇ ਸਥਾਨਕ ਸਰਕਾਰਾਂ ਵਿਭਾਗ ਬ੍ਰह्म ਮਹਿੰਦਰਾ ਦੇ ਕੋਲ ਹੈ ਫਾਈਲਾਂ ਨਾਮਿਲਣ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਨਵਜੋਤ ਸਿੰਘ ਸਿੱਧੂ ਨਾਲ ਲਗਾਤਾਰ ਸੰਪਰਕ ਸਥਾਪਿਤ ਰੱਖਣ ਲਈ ਕਿਹਾ ਗਿਆ ਤਾਂ ਜੋ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਜਿਹੜੀਆਂ ਫਾਈਲਾਂ ਨਹੀਂ ਮਿਲ ਰਹੀਆਂ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਕੋਲ ਹਨ ਜਾਂ ਨਹੀਂ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਦਿਨ ਤੋਂ ਇਸ ਵਿਭਾਗ ਨੂੰ ਛੱਡਿਆ ਜਾਂ ਜਿਸ ਦਿਨ ਤੋਂ ਉਹਨਾਂ ਨੇ ਨਵਾਂ ਵਿਭਾਗ ਨਹੀਂ ਸੰਭਾਲਿਆ ਉਹਨਾਂ ਦੇ ਫੋਨ ਲਗਾਤਾਰ ਬੰਦ ਆ ਰਹੇ ਨੇ ਤੇ ਉਹ ਕਿਸੇ ਵੀ ਵਿਅਕਤੀ ਦੇ ਸੰਪਰਕ ਦੇ ਵਿੱਚ ਨਹੀਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜਿਆ ਹੋਇਆ ਸਿਟੀ ਸੈਂਟਰ ਘਟਾਲਾ ਕਿਥੇ ਤੋਂ ਤੌਰ ਦੇ ਉੱਤੇ ਕਿੰਨੀਆਂ ਵੱਡੀਆਂ ਖਬਰਾਂ ਲੈ ਕੇ ਆਇਆ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਮੇਂ-ਸਮੇਂ ਤੇ ਕਿਰਕਰੀ ਹੋਈ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਮੋੜ ਕੱਟਦਾ ਕੱਟਦਾ ਸੀਬੀਆਈ ਦੇ ਵੱਲੋਂ ਕਲੀਨ ਚਿੱਟ ਦੇਣ ਤੱਕ ਪਹੁੰਚ ਗਿਆ ਤੇ ਹੁਣ ਇਸ ਕੇਸ ਨੂੰ ਰਫਾ-ਦਫਾ ਕਰਨੀਆਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਵਿਰੋਧੀ ਧਿਰ ਦੇ ਕਈ ਲੋਕ ਆ ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਇਸ ਵਕਤ ਸਾਰਾ ਕੁਝ ਕਿਉਂਕਿ ਆਪਣਾ ਹੀ ਆ ਤੇ ਸੀਬੀਆਈ ਦਾ ਮਤਲਬ ਹੀ ਹੁਣ ਕਲੀਨ ਚਿੱਟਾਂ ਦੇਣ ਤੱਕ ਸੀਮਤ ਰਹਿ ਗਿਆ ਇਸ ਕਰਕੇ ਇਹ ਕੋਈ ਅਲੋਕਾਰੀ ਗੱਲ ਨਹੀਂ ਹੋਈ ਪਰ ਇੰਨਾ ਵੱਡਾ ਸਿਟੀ ਸੈਂਟਰ ਘਟਾਲਾ ਹੋਵੇ ਤਰੀਕ ਦਰ ਤਰੀਕ ਦਰ ਤਰੀਕ ਪੈਂਦੀ ਰਹੀ ਹੋਵੇ ਤੇ ਇਸ ਵਕਤ ਇਹ ਮਾਮਲਾ ਮੁੱਕਣ ਦੇ ਕੰਡੇ ਦੇ ਉੱਤੇ ਹੋਵੇ ਤੇ ਹੁਣ ਅਚਾਨਕ ਉਹ ਫਾਈਲਾਂ ਗਾਇਬ ਹੋ ਜਾਣ ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਗੂੰਜਦਾ ਹੈ ਇਸ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲ ਕਈ ਲੋਕ ਸ਼ੱਕ ਦੀ ਉਂਗਲ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਇਹਨਾਂ ਫਾਈਲਾਂ ਨੂੰ ਆਪਣੇ ਨਾਲ ਲੈ ਗਏ ਜਾਂ ਇਹਨਾਂ ਫਾਈਲਾਂ ਨੂੰ ਸੌਂਪ ਗਏ ਇੱਥੇ ਜਦੋਂ ਜਾਣ ਵੇਲੇ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਜਾਂ ਨਵਜੋਤ ਸਿੰਘ ਸਿੱਧੂ ਖੁਦ ਆਪਣੇ ਮੂੰਹੋਂ ਬਿਆਨ ਕਰ ਸਕਦੇ ਆ ਪਰ ਜੇਕਰ ਇਹ ਫਾਈਲਾਂ ਨਹੀਂ ਲੱਭਦੀਆਂ ਤੇ ਜੇਕਰ ਇਹ ਫਾਈਲਾ ਮੰਨ ਲਓ ਕਿ ਨਵਜੋਤ ਸਿੰਘ ਸਿੱਧੂ ਕੋਲ ਹੋਣ ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਮੁਸ਼ਕਲਾਂ ਆ ਸਕਦੀਆਂ ਕਿਉਂਕਿ ਫਾਈਲ ਇੱਕ ਨਹੀਂ ਫਾਈਲਾਂ ਪੰਜ ਹੈ ਜਿਹੜੀਆਂ ਬਾਕੀ ਚਾਰ ਫਾਈਲਾਂ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਨਵੇਂ ਖੁਲਾਸੇ ਆ ਉਹ ਕਈ ਤਰ੍ਹਾਂ ਦੇ ਇਹੋ ਜਿਹੇ ਕੇਸਾਂ ਤੇ ਕਈ ਤਰ੍ਹਾਂ ਦੇ ਇਹੋ ਜਿਹੇ ਕਾਗਜ਼ ਪੱਤਰਾ ਵਾਲੀਆਂ ਫਾਈਲਾਂ ਜਿਹੜੀਆਂ ਕਿ ਇਸ ਵਕਤ ਸੂਬੇ ਦੀ ਸਰਕਾਰ ਦੇ ਵਿੱਚ ਤਰਥੱਲੀ ਮਚਾਉਣ ਦਾ ਕੰਮ ਕਰ ਸਕਦੀਆਂ ਇਸੇ ਕਰਕੇ ਇਸ ਵਿਭਾਗ ਦੇ ਯਾਨੀ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਐ ਕਿ ਉਹਨਾਂ ਫਾਈਲਾਂ ਨੂੰ ਲੱਭਿਆ ਜਾਵੇ ਤਾਂ ਮਤਲਬ ਇਹਦਾ ਇੱਕੋ ਹੀ ਆ ਕਿ ਕੋਈ ਐਕਸਕਿਊਜ਼ ਨਹੀਂ ਕੋਈ ਇਹਦਾ ਬਦਲ ਨਹੀਂ ਕੋਈ ਇਹਦੇ ਬਾਬਤ ਤਰਕ ਨਹੀਂ ਇਹ ਫਾਈਲਾਂ ਲੱਭਣੀਆਂ ਤੇ ਲੱਭਣੀਆਂ ਬ੍ਰਹਮਹਿੰਦਰਾ ਜਿਹੜੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਣੇ ਐ ਜਿਹੜੇ ਕਿ ਹੁਣ ਤੱਕ ਕਈ ਵਾਰ ਇਹ ਗੱਲ ਕਹਿ ਚੁੱਕੇ ਐ ਕਿ ਸਿੱਧੂ ਹੋਰਾਂ ਨੂੰ ਏਦਾਂ ਨਹੀਂ ਚਾਹੀਦਾ ਸਿੱਧੂ ਕਿਸੇ ਨਾਲ ਬਿੜਾਕੇ ਨਹੀਂ ਰੱਖਦਾ ਜਾਂ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਸਿੱਧੂ ਦੇ ਮੁਤਲਕ ਕਈ ਕਿਸਮ ਦੀ ਬਿਆਨਬਾਜ਼ੀ ਕੀਤੀ ਐ ਕਈ ਹੋਰ ਉਹ ਵੀ ਹੁਣ ਆਪਣੇ ਅਧਿਕਾਰੀਆਂ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਸਥਾਪਿਤ ਕਰੋ ਉਹਨਾਂ ਦੇ ਕੋਲੋਂ ਇਹ ਫਾਈਲਾਂ ਲੈਣ ਦੀ ਕੋਸ਼ਿਸ਼ ਕਰੋ ਜਾਂ ਫਾਈਲਾਂ ਦੇ ਮੁਤਲਕ ਜਾਣਕਾਰੀ ਹਾਸਲ ਕਰੋ ਵੀ ਇਹ ਗਈਆਂ ਤਾਂ ਗਈਆਂ ਕਿੱਧਰ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਕੋਈ ਲੈ ਗਿਆ ਜੇਕਰ ਲੈ ਗਿਆ ਤਾਂ ਕਿਉਂ ਲੈ ਗਿਆ ਜੇਕਰ ਪਈਆਂ ਤਾਂ ਕਿੱਥੇ ਪਈਆਂ ਸੋ ਇਹਨਾਂ ਫਾਈਲਾਂ ਦੀ ਬੜੀ ਲੋੜ ਹੈ ਪਰ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਜਾਂਦਾ ਜਾਂਦਾ ਵੀ ਕੈਪਟਨ ਅਮਰਿੰਦਰ ਸਿੰਘ ਵਾਸਤੇ ਨਵਾਂ ਪੁਵਾੜਾ ਖੜਾ ਕਰ ਗਿਆ ਹੁਣ ਇਸ ਪੁਵਾੜੇ ਦੇ ਵਿੱਚੋਂ ਕਿਵੇਂ ਬਾਹਰ ਨਿਕਲ ਗਏ ਕੈਪਟਨ ਸਾਹਿਬ ਇਹ ਵਕਤ ਦੱਸੂਗਾ ਪਰ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਹੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰਨ ਤੇ ਸ਼ਾਇਦ ਹਾਈਕ ਮਾਨ ਦੇ ਵੱਲੋਂ ਮਿਲ ਬੈਠ ਕੇ ਵਿਚਾਰੇ ਪੈ ਕੇ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਦੇ ਅਧੋ ਵੱਧ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੈ ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਦੇ ਵਿੱਚ ਬੋਲਦੇ ਆ ਉਹਨਾਂ ਸਾਰਿਆਂ ਦੇ ਨਾਲ ਸੁਲਾ ਸਫਾਈਕਰਾਉਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵਕਤ ਨਵਜੋਤ ਸਿੰਘ ਸਿੱਧੂ ਆਰ ਜਾਂ ਪਾਰ ਦੀ ਲੜਾਈ ਦੇ ਵਿੱਚ ਹੈ ਉਹ ਜਿਵੇਂ ਸੈਨਿਕ ਕਹਿੰਦੇ ਹੁੰਦੇ ਆ ਜਾਂ ਹੁਣ ਆਪ ਹੈ ਨਹੀਂ ਤੇ ਜਾਂ ਹੁਣ ਗਾ ਕਹੇ ਨਹੀਂ ਉਹ ਹੁਣ ਇਸ ਰੂਪ ਦੇ ਵਿੱਚ ਆਏ ਹੋਏ ਆ ਕਿਉਂਕਿ ਨਵਜੂਤ ਸਿੰਘ ਹੋਰੀ ਇਹ ਜਾਣਦੇ ਆ ਕਿ ਪੰਜਾਬ ਦੇ ਵਿੱਚ ਵੀ ਤੇ ਸਮੁੱਚੇ ਭਾਰਤ ਦੇ ਵਿੱਚ ਵੀ ਕਾਂਗਰਸ ਦੀ ਸਥਿਤੀ ਪਤਲੀ ਹੈ ਤੇ ਇਸ ਵਕਤ ਹਾਈ ਕਮਾਂਡ ਨੂੰ ਚੰਗੇ ਬੁਲਾ ਰਿਆਂ ਦੀ ਲੋੜ ਵੀ ਹੈ ਤੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇ ਵਿੱਚ ਕਾਂਗਰਸ ਦੇ ਪਹਿਲੀ ਗਲਤੀ ਆ ਪੋਟਿਆਂ ਦੇ ਉੱਤੇ ਗਿਣੇ ਜਾਣ ਵਾਲੇ ਨੇਤਾ ਜਨਾੜਾ ਮਾੜਾ ਮੋਟਾ ਸਤਕਾਰ ਬਾਕੀ ਬਚਿਆ ਹੋਵੇ ਤੇ ਜਿਨ੍ਹਾਂ ਦਾ ਸਤਕਾਰ ਹੈ ਤੇ ਉਹ ਇਸ ਵਕਤ ਬੋਲਣ ਦੇ ਸਮਰੱਥ ਨਹੀਂ ਤੇ ਜੇਕਰ ਬੋਲ ਸਕਦੇ ਆ ਤਾਂ ਉਹਨਾਂ ਨੂੰ ਕੋ ਸੁਣਨ ਦੇ ਵਿੱਚ ਦਿਲਚਸਪੀ ਨਹੀਂ ਜ਼ਾਹਰ ਕਰਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਨੂੰ ਜ਼ਰੂਰਤ ਹੈ ਤੇ ਇਸ ਕਮਜ਼ੋਰੀ ਦਾ ਸ਼ਾਇਦ ਕੋਈ ਨਾ ਕੋਈ ਲਾਭ ਨਵਜੋਤ ਸਿੰਘ ਸਿੱਧੂ ਨੂੰ ਮਿਲ ਵੀ ਜਾਵੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਪਰੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਕੁਝ ਬਾਰੇ ਪਹਿਲਾਂ ਅਨਿਲਖਪੂਰ ਦੀ ਇੱਕ ਹਿੰਦੀ ਫਿਲਮ ਆਈ ਸੀ ਨਾਇਕ ਉਸ ਫਿਲਮ ਦੇ ਵਿੱਚ ਮੋੜ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਅਮਰੀਸ਼ਪੂਰੀ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਪੱਤਰਕਾਰ ਇੱਕ ਇੰਟਰਵਿਊ ਲੈਂਦਾ ਤੇ ਉਹ ਪੱਤਰਕਾਰ ਅਨਿਲਖਪੂਰ ਹੈ ਸਵਾਲ ਤਿੱਖੇ ਹੁੰਦੇ ਹੈ ਜਵਾਬਾਂ ਦੇ ਵਿੱਚ ਅਮਰੀਸ਼ਪੂਰੀ ਯਾਨੀ ਕਿ ਮੁੱਖ ਮੰਤਰੀ ਉਲਝ ਜਾਂਦਾ ਹੈ ਉਸ ਤੋਂ ਬਾਅਦ ਇੱਕ ਚੁਣੌਤੀ ਦਿੱਤੀ ਜਾਂਦੀ ਹੈ ਅਮਰੀਸ਼ਪੁਰੀ ਦੇ ਵੱਲੋਂ ਅਨਲਕਪੁਰ ਨੂੰ ਕਿ ਤੁਹਾਨੂੰ ਤਾਂ ਪਤਾ ਲੱਗੇ ਜੇਕਰ ਤੁਸੀਂ ਇੱਕ ਦਿਨ ਦੇ ਲਈ ਮੁੱਖ ਮੰਤਰੀ ਬਣ ਕੇ ਦੇਖੋ ਤੇ ਫਿਰ ਗੱਲਬਾਤ ਤੈ ਹੁੰਦੀ ਆ ਤੇ ਮੌਕਾ ਮਿਲ ਜਾਂਦਾ ਅਨਿਲਕਪੂਰ ਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਨ ਦਾ ਇੱਕ ਦਿਨ ਦੇ ਵਿੱਚ ਵਿੱਚ ਅਨਿਲਕਪੂਰ ਇਹੋ ਜੀ ਤਰਥੱਲੀ ਲੈ ਕੇ ਆਉਂਦਾ ਹੈ ਇਹੋ ਜੀ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਕਰਦਾ ਇਹੋ ਜੀ ਗਲਤ ਲੋਕਾਂ ਨੂੰ ਸਿੱਧੇ ਕਰਦਾ ਕਿ ਲੋਕਾਂ ਦੇ ਵਿੱਚ ਬੱਲੇ ਬੱਲੇ ਅਨਿਲ ਦੀ ਹੋ ਜਾਂਦੀ ਹੈ ਹੁਣ ਉਸ ਤਰਜ਼ ਦੇ ਉੱਤੇ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਤੇ ਮੁਖੀ ਸਿਮਰਜੀਤ ਸਿੰਘ ਬੈਂਸ ਚੱਲਣ ਵਾਸਤੇ ਬਹਿਬਲਾ ਚੱਲਣ ਵਾਸਤੇ ਕਾਲੇ ਉਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਕਿ ਜੇਕਰ ਅਨਿਲਕਪੂਰ ਦੇ ਵਾਂਗੂ ਮੌਕਾ ਮਿਲ ਜੇ ਤਾਂ ਫਿਰ ਅਸੀਂ ਪੰਜਾਬ ਦੇ ਵਿੱਚ ਕੁਝ ਕਰਕੇ ਦਿਖਾ ਦਈਏ ਹਾਲਾਂਕਿ ਰੀਅਲ ਲਾਈਫ ਤੇ ਰੀਲ ਵਾਲੀ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ ਪਰ ਸਿਮਰਜੀਤ ਬੈਂਸਵਰਾ ਨੂੰ ਕਦੇ ਅਨਿਲਕਪੂਰ ਬਣਨ ਦਾ ਮੌਕਾ ਮਿਲੂਗਾ ਨਹੀਂ ਕਦੇ ਉਹ ਇੱਕ ਦਿਨ ਦੇ ਲਈ ਜਾਂ ਲੰਮੇ ਸਮੇਂ ਦੇ ਲਈ ਮੁੱਖ ਮੰਤਰੀ ਬਣ ਸਕਣਗੇ ਜਾਂ ਨਹੀਂ ਕਿਉਂਕਿ ਇਹ ਉਹ ਵੇਲਾ ਜਦੋਂ ਸਿਮਰਜੀਤ ਬੈਂਸ ਤੇ ਲੋਕ ਇਨਸਾਫ ਪਾਰਟੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕ ਰਹੀ ਹੈ ਪਰ ਅਕਾਲੀ ਦਲ ਦੇ ਤੇ ਕਾਂਗਰਸ ਦੇ ਕਈ ਆਗੂ ਇਹ ਗੱਲ ਕਹਿੰਦੇ ਆ ਕਿ ਬੈਂਸ ਭਰਾ ਦੇ ਜਿਹੜੇ ਉਹ ਮੁਹੱਲਾ ਪਾਰਟੀ ਦੇ ਰਾਜਨੀਤਿਕ ਆਗੂ ਹੈ ਇਹਨਾਂ ਮੁਹੱਲਾ ਨੇਤਾਵਾਂ ਨੂੰ ਕੌਣ ਪੁੱਛਦਾ ਸਮੁੱਚੇ ਪੰਜਾਬ ਦੇ ਵਿੱਚ ਪਰ ਜਿਸ ਤਰੀਕੇ ਦੇ ਨਾਲ ਸਿਮਰਜੀਤ ਬੈਂਸ ਦੇ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਹਾਰਿਆ ਗਿਆ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਉਹ ਹਾਰ ਗਏ ਆ ਪਰ ਦੂਜੇ ਨੰਬਰ ਦੇ ਉੱਤੇ ਰਹੇ ਆ ਤੇ ਵੋਟਾਂ ਉਹਨਾਂ ਨੇ ਚੋਖੀਆਂ ਹਾਸਲ ਕੀਤੀਆਂ ਇਉਂ ਲੱਗਦਾ ਕਿ ਉਹਨਾਂ ਦੀ ਪਛਾਣ ਮੁਹੱਲੇ ਤੋਂ ਉੱਤੇ ਆ ਪਰ ਜਿਨ੍ਹਾਂ ਨੇ ਜੋ ਜੋ ਕਹਿਣਾ ਉਹ ਉਹਨਾਂ ਦੀ ਮਰਜ਼ੀ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਰਾਜਨੀਤੀ ਹੁੰਦੀ ਹੀ ਅੱਜਕੱਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਪੰਜਾਬ ਡੈਮੋਕਰੇਟਿਕ ਅਲਾਈਅንስ ਦੇ ਨਾਲ ਜੁੜੇ ਹੋਏ ਸਿਮਰਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਪਾਣੀ ਬਚਾਉਣ ਦੇ ਲਈ ਸੂਬਾ ਸਰਕਾਰ ਦੇ ਖਿਲਾਫ ਚਲਾਈ ਗਈ ਮੁਹਿੰਮ ਨਾਲ ਲੋਕਾਂ ਨੂੰ ਜੁੜਨ ਦੀ ਗੱਲ ਕਹੀ ਇਸ ਵਿਚਾਲੇ ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬੋਲੇ ਕਿ ਸਾਡਾ ਪਾਣੀ ਸਾਡਾ ਹੱਕ ਦੇ ਲਈ ਉਹ ਹੁਣ ਘਰ ਘਰ ਤੱਕ ਜਾਣਗੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਵਿਅਕਤੀ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਕਿ ਪਾਣੀ ਲਈ ਜੋ ਪੈਸੇ ਹਨ ਉਹ ਲਏ ਜਾਣ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ 20 ਆਵਾਜ਼ ਬੁਲੰਦ ਕਰ ਚੁੱਕੇ ਨੇ ਪਰ 3 ਸਾਲਾਂ ਤੋਂ ਇਸ ਪਾਣੀ ਦੇ ਪੈਸੇ ਨਹੀਂ ਲੈ ਗਏ ਉਧਰ ਜੋ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਉਸ ਨੂੰ ਰੋਕਿਆ ਜਾਵੇ ਇਸ ਨੂੰ ਪਲਟ ਕੇ ਪਾਣੀ ਕਿਸਾਨਾਂ ਨੂੰ ਦਿੱਤਾ ਜਾਵੇ ਜਿਸ ਨਾਲ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਹੱਲ ਹੋ ਸਕੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਜਨਤਾ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਇਸ ਸਮੇਂ ਸਿਮਰਜੀਤ ਸਿੰਘ ਬੈਂਸ ਨੂੰ ਫਿਲਮੀ ਬੁਖਾਰ ਵੀ ਚੜਿਆ ਉਹਨਾਂ ਨੇ ਕਿਹਾ ਕਿ ਜੇਕਰ ਜਨਤਾ ਨੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਉਹ ਨਾਇਕ ਫਿਲਮ ਦੀ ਤਰ੍ਹਾਂ ਸਰਕਾਰ ਚਲਾਉਣਗੇ ਜਿਵੇਂ ਉਸ ਫਿਲਮ ਦੇ ਜੇ ਅਨਲਕਪੁਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕੀਤਾ ਸੀ ਅਸੀਂ ਵੀ ਉਵੇਂ ਹੀ ਕਰਾਂਗੇ ਇਸ ਅੰਦਾਜ਼ ਦੇ ਵਿੱਚ ਉਹ ਕੰਮ ਕਰਨਗੇ ਤੇ ਨਾਇਕ ਫਿਲਮ ਦੀ ਤਰ੍ਹਾਂ ਸਰਕਾਰ ਚਲਾ ਕੇ ਦਿਖਾਉਣਗੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਆਪੋ ਆਪਣੇ ਹਲਕਿਆਂ ਦੇ ਵਿੱਚ ਚੋਖੇ ਕੰਮ ਕੀਤੇ ਗਏ ਆ ਤੇ ਇਹਨਾਂ ਦੇ ਹੱਕ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਜਾਂਦੀ ਆ ਕਿ ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਸੁਵਿਧਾ ਸੈਂਟਰ ਖੋਲ੍ਹਿਆ ਹੋਇਆ ਜਿੱਥੇ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਜਿੱਥੇ ਕਿ ਲੋਕਾਂ ਦੇ ਮਸਲੇ ਵੱਡੇ ਪੱਧਰ ਦੇ ਉੱਤੇ ਹੱਲ ਹੁੰਦੇ ਆ ਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਮੁਸ਼ਕਲਾ ਲੈ ਕੇ ਇਨਾਂ ਦੇ ਕੋਲੇ ਜਾਂਦੇ ਆ ਪੰਜਾਬ ਦੇ ਵਿਰਲੇ ਟਾਵੇਂ ਵਿਧਾਇਕ ਇਹੋ ਜਿਹੇ ਹੋਣਗੇ ਜਿਹੜੇ ਲੋਕਾਂ ਦੇ ਨਾਲ ਇਸ ਹੱਦ ਤੱਕ ਜੁੜੇ ਹੋਏ ਆ ਆਮ ਤੌਰ ਦੇ ਉੱਤੇ ਵਿਧਾਇਕਾਂ ਨੂੰ ਅਸੀਂ ਭੋਗਾਂ ਤੇ ਜਾਂਦੇ ਹੋਏ ਦੇਖਦੇ ਆ ਕਦੇ-ਕਦੇ ਵਿਆਹਾਂ ਤੇ ਜਾਂਦੇ ਹੋਏ ਦੇਖਦੇ ਆ ਪੰਜਾਬ ਦੇ ਕਈ ਵਿਧਾਇਕਾਂ ਦਾ ਨਾਂ ਤਾਂ ਭੋਗ ਵਾਲੇ ਵਿਧਾਇਕ ਹੀ ਪੈ ਗਿਆ ਕਿਉਂਕਿ ਉਹ ਤਾਂ ਉਹ ਕਿਤੇ ਦਿਖਦੇ ਨਹੀਂ ਪਰ ਭੋਗ ਵਾਲੀ ਥਾਂ ਤੇ ਜ਼ਰੂਰ ਪਹੁੰਚ ਜਾਂਦੇ ਆ ਕਿਉਂਕਿ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਿਰਫ ਅਸੀਂ ਦੁੱਖ ਦੇ ਵਿੱਚ ਤੁਹਾਡੇ ਨਾਲ ਆ ਪਰ ਜਿਹੜਾ ਦੁੱਖ ਕੱਚੀਆਂ ਗਲੀਆਂ ਦਾ ਜਿਹੜਾ ਦੁੱਖ ਨਾਲੀਆਂ ਦੇ ਪਾਣੀ ਦਾ ਜਿਹੜਾ ਦੁੱਖ ਸੀਵਰੇਜ ਨਾ ਹੋਣ ਦਾ ਜਿਹੜਾ ਦੁੱਖ ਇਸ ਵਕਤ ਆਵਾਰਾ ਪਸ਼ੂਆਂ ਦੇ ਕਰਕੇ ਆ ਜਾਂ ਜਿਹੜਾ ਦੁੱਖ ਉਹਨਾਂ ਨੂੰ ਇਸ ਵਕਤ ਆਮ ਲੋਕਾਂ ਨੂੰ ਯਾਨੀ ਕਿ ਆਟਾ ਦਾਲ ਸਕੀਮ ਦੇ ਕਾਰਡ ਨਹੀਂ ਮਿਲਦੇ ਜੇਕਰ ਮਿਲਦੀ ਆ ਤਾਂ ਆਟਾ ਨਹੀਂ ਮਿਲਦਾ ਉਹ ਆ ਉਹਦੇ ਵੱਲੋਂ ਉਹ ਪਰੇ ਰੂਮੂ ਕਰਕੇ ਰੱਖਦੇ ਆ ਕਿਉਂਕਿ ਇਸ ਮਸਲੇ ਦੇ ਲਈ ਉਹਨਾਂ ਨੂੰ ਕੰਮ ਕਰਨਾ ਪੈਂਦਾ ਪਰ ਸਿਮਰਜੀਤ ਸਿੰਘ ਬੈਂਸੂਰਾਂ ਦੇ ਵੱਲੋਂ ਕੰਮ ਕੀਤੇ ਜਾਂਦੇ ਆ ਹੁਣ ਉਹਨਾਂ ਦੇ ਵੱਲੋਂ ਜੋ ਪਾਣੀ ਦੇ ਮਤਲਕ ਮਹਿੰਮ ਛੜੀ ਗਈ ਆ ਭਾਵੇਂ ਕਿ ਇਹਦਾ ਕੋਈ ਸਟਾ ਨਿਕਲੇ ਤੇ ਭਾਵੇਂ ਨਾ ਨਿਕਲੇ ਪਰ ਰਾਜਨੀਤਿਕ ਤੌਰ ਦੇ ਉੱਤੇ ਜਿਉਂਦੇ ਰਹਿਣ ਦੇ ਲਈ ਤੇ ਪੰਜਾਬ ਦੇ ਮੁੱਦੇ ਚੁਪਣ ਦੇ ਲਈ ਹਰ ਨੇਤਾ ਨੂੰ ਕਈ ਹਰਬੇ ਵਰਤਣੇ ਪੈਂਦੇ ਆ ਤੇ ਇਹ ਮੁੱਦਾ ਇਸ ਵਕਤ ਪੰਜਾਬ ਦੇ ਪਾਣੀਆਂ ਦਾ ਵਜਬ ਵੀ ਆ ਚਾਹੀਦਾ ਤਾਂ ਇਹ ਆ ਇਹ ਜੋ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਸਾਰੇ ਦੇ ਸਾਰੇ ਪੰਜ ਸੱਤਾ ਪਾਰਟੀਆਂ ਵਾਲੇ ਹਿੱਸੇਦਾਰ ਹੈ ਉਹ ਇਕੱਠੇ ਹੋ ਕੇ ਹਮਲਾ ਮਾਰਿਆ ਕਰਨ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਬਾਰੇ ਪਰ ਜਦੋਂ ਇਕੱਲੇ ਇਕੱਲੇ ਹਮਲਾ ਮਾਰਦੇ ਆ ਤਾਂ ਕਈਆਂ ਦੇ ਬਾਬਤੇ ਜਾਪਦਾ ਵੀ ਉਹ ਸਾਹ ਸੱਤ ਹੀਣ ਹੋ ਚੁੱਕੇ ਆ ਉਹ ਰਹਿਣਾ ਚਾਹੁੰਦੇ ਆ ਅਲਾਈਅੰਸ ਦੇ ਵਿੱਚ ਪਰ ਉਹ ਇਸ ਵਕਤ ਕੁਝ ਕਰ ਨਹੀਂ ਸਕਦੇ ਜਾਂ ਕਰਨ ਦੀ ਇੱਛਾ ਹੀ ਨਹੀਂ ਪਾਲਦੇ ਪਰ ਸੁਖਪਾਲ ਸਿੰਘ ਖੈਰਾ ਨੇ ਪਿਛਲੇ ਦਿਨੀ ਤੇ ਉਸ ਤੋਂ ਪਹਿਲਾਂ ਸਿਮਰਜੀਤ ਬੈਂਸ ਹੋਰਾਂ ਦੇ ਵੱਲੋਂ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਿਆ ਗਿਆ ਇਸੇ ਕਰਕੇ ਪਹਿਲਾਂ ਬੈਸੁਰਾਣੀ ਇਹ ਮੁਹੰਮਾ ਜਿਹੜੀ ਸਾਡਾ ਪਾਣੀ ਸਾਡਾ ਹੱਕ ਕਪੂਰਸਲਾ ਤੋਂ ਸ਼ੁਰੂ ਕੀਤੀ ਫਿਰ ਇਹ ਫਰੀਦਕੋਟ ਵੀ ਪਹੁੰਚੇ ਹੁਣ ਇਹ ਅੰਮ੍ਰਿਤਸਰ ਪਹੁੰਚੇ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਨਾਣੇ ਜਾਣਾ ਪਰ ਜਿਹੜੀ ਇਹਨਾਂ ਨੇ ਇੱਛਾ ਪ੍ਰਗਟਾਈ ਆ ਅਨਿਲਕਪੂਰ ਬਣਨ ਦੀ ਇਹਦੇ ਬਾਬਤ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ ਪਰ ਹਾਂ ਜੇਕਰ ਨੇਕ ਨੀਤੀ ਨਾਲ ਚੱਲਦੇ ਰਹਿ ਜੇਕਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਦੇ ਰਹਿ ਜੇਕਰ ਪੰਜਾਬ ਦੇ ਮੁੱਦੇ ਇਸੇ ਤਰੀਕੇ ਦੇ ਨਾਲ ਦਲੇਰੀ ਨਾਲ ਉਭਾਰਦੇ ਰਹਿ ਤਾਂ ਪੰਜਾਬ ਦੇ ਲੋਕ ਵੀ ਮੋੜਵੇਂ ਰੂਪ ਦੇ ਵਿੱਚ ਹੋਰ ਕੁਝ ਦੇ ਸਕਦੇ ਆ ਜੋ ਚੰਗਾ ਇਹਨਾਂ ਨੂੰ ਉਹਦਾਂ ਦੇ ਰੂਪ ਦੇ ਵਿੱਚ ਦੇ ਸਕਦੇ ਆ ਹਾਲਾਂਕਿ ਦੋਨਾਂ ਭਰਾਵਾਂ ਦੇ ਵੱਲੋਂ ਜਿਸ ਤਰੀਕੇ ਨਾਲ ਦੋ-ਦੋ ਵਾਰ ਅਦਾਰ ਜਿੱਤ ਲਿਆ ਗਿਆ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਬੇਦਬੀ ਦਾ ਮਾਮਲਾ ਪੰਜਾਬ ਦੇ ਵਿੱਚ 3 ਸਾਲ ਪਹਿਲਾਂ ਵੀ ਗੂੰਜਦਾ ਸੀ ਅੱਜ ਵੀ ਗੂੰਜਦਾ ਤੇ ਦੁੱਖ ਇਸ ਗੱਲ ਦੀ ਹੈ ਕਿ ਸਿਰਫ ਗੂੰਜਦਾ ਇਸ ਮਸਲੇ ਦਾ ਕੋਈ ਹਾਲੇ ਤੱਕ ਹੱਲ ਨਿਕਲਿਆ ਨਹੀਂ ਇਹ ਮਾਮਲਾ ਕਿਸੇ ਤਣਪਤਣ ਲੱਗਿਆ ਨਹੀਂ ਪਿਛਲੇ ਕੁਝ ਦਿਨਾਂ ਤੋਂ ਕਲੋਜ਼ਰ ਰਿਪੋਰਟ ਦੀਆਂ ਖਬਰਾਂ ਆ ਰਹੀਆਂ 2015 ਦੇ ਵਿੱਚ ਬੇਦਬੀ ਹੋਈ ਸੀਬੀਆਈ ਦੇ ਵੱਲੋਂ ਜਾਂਚ ਪੜਤਾਲ ਵੱਡੇ ਬਾਦਲ ਸਾਹਿਬ ਦੇ ਵੱਲੋਂ ਸ਼ੁਰੂ ਕਰਵਾਈ ਗਈ ਪਰ ਹੁਣ ਉਸੇ ਸੀਬੀਆਈ ਦੇ ਵੱਲੋਂ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ ਅਦਾਲਤ ਦੇ ਵਿੱਚ ਤੇ ਹੁਣ ਉਹੀ ਅਕਾਲੀ ਦਲ ਇਹ ਗੱਲ ਕਹਿ ਰਿਹਾ ਕਿ ਜੀ ਅਸੀਂ ਇਸ ਗੱਲ ਦੇ ਖਿਲਾਫ ਹਾਂ ਤੇ ਇਹ ਕਲੋਜ਼ਰ ਰਿਪੋਰਟ ਹੈ ਜਿਹੜੀ ਖਾਰਜ ਹੋਣੀ ਚਾਹੀਦੀ ਹੈ ਤੇ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੀ ਕਾਂਗਰਸ ਦਲ ਖਾਲਸਾ ਤੇ ਕਈ ਹੋਰ ਪੰਥਕ ਜਥੇਬੰਦੀਆਂ ਇਹ ਗੱਲ ਕਹਿ ਰਹੀਆਂ ਕਿ ਅਕਾਲੀ ਦਲ ਦੇ ਵੱਲੋਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜੇਕਰ ਇਹਨਾਂ ਨੂੰ ਇੰਨੀ ਹੀ ਸਮੱਸਿਆ ਕਿ ক্লোਜ਼ਰ ਰਿਪੋਰਟ ਕਿਉਂ ਦਾਖਲ ਹੋ ਰਹੀ ਹੈ ਜਾਂ ਹੋ ਚੁੱਕੀ ਹੈ ਤਾਂ ਇਹਨਾਂ ਨੂੰ ਅਮਿਤ ਸ਼ਾਹ ਦੇ ਨਾਲ ਸੰਪਰਕ ਕਰਨਾ ਚਾਹੀਦਾ ਕਿਉਂਕਿ ਉਹ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਹੈ ਉਥੋਂ ਕੁਝ ਨਾ ਕੁਝ ਹੱਲ ਨਿਕਲ ਸਕਦਾ ਹੈ ਇਹ ਸਿਰਫ ਗੋਗਲਿਆਂ ਤੋਂ ਮਿੱਟੀ ਝੜ ਰਹੇ ਆ ਅਕਾਲੀ ਦਲ ਦੇ ਬਾਬਤ ਕਾਂਗਰਸ ਦੇ ਕੁਝ ਆਗੂਆਂ ਦਾ ਕਹਿਣਾ ਕਿ ਪਹਿਲਾਂ ਤਾਂ ਭਾਜਪਾ ਨੂੰ ਕਹਿ ਕੇ ਇੱਥੇ ক্লোਜ਼ਰ ਪੋਰਟ ਦਾਖਲ ਕਰਵਾਈ ਤੇ ਹੁਣ ਪੰਜਾਬ ਦੇ ਵਿੱਚ ਸੱਚੇ ਬਣਨ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਅਸੀਂ ਖਿਲਾਫ ਆਏ ਇਦਾਂ ਹੋਣਾ ਨਹੀਂ ਸੀ ਚਾਹੀਦਾ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਬਾਅਦ ਵਿੱਚ ਕਿ ਰੰਗ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਬਾਰੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੇ ਉੱਤੇ ਐਕਸ਼ਨ ਪੁੱਠਾ ਪੈਂਦਾ ਨਜ਼ਰ ਆ ਰਿਹਾ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਮੁੱਦੇ ਤੇ ਕਾਂਗਰਸ ਨੂੰ ਕੇਰਨ ਦੀ ਰਣਨੀਤੀ ਘੜੀ ਸੀ ਇਸ ਦੇ ਨਾਲ ਹੀ ਬੇਅਦਬੀ ਤੇ ਸੰਘਰਸ਼ ਵੜ ਕੇ ਸਿਆਸਤ ਦਾ ਪਾਸਾ ਹੀ ਪਲਟਣ ਦੀ ਕੋਸ਼ਿਸ਼ ਕੀਤੀ ਹੁਣ ਇਹ ਮਾਮਲਾ ਉਲਟਾ ਪੈਂਦਾ ਨਜ਼ਰ ਆ ਰਿਹਾ ਕੈਪਟਨ ਸਰਕਾਰ ਨੇ ਖੁਦ ਹੀ सीबीआई ਨੂੰ ਜਾਂਚ ਜਾਰੀ ਕਰਨ ਲਈ ਕਹਿਣ ਦਾ ਪੈਂਤੜਾ ਚੱਲਿਆ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਡਟ ਗਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ सीबीआई ਨੂੰ ਜਾਂਚ ਅਕਾਲੀ ਦਲ ਦੀ ਸਰਕਾਰ ਨੇ ਹੀ ਸੌਂਪੀ ਸੀ ਇਸ ਤੋਂ ਇਲਾਵਾ ਪਿਛਲੇ 5 ਵਰਿਆਂ ਤੋਂ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੈ सीबीआई ਕੇਂਦਰ ਦੇ ਅਧੀਨ ਆਉਂਦੀ ਹੈ ਇਸ ਲਈ ਅਕਾਲੀ ਦਲ ਨੂੰ ਇਸ ਬਾਰੇ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਬਾਰੇ ਦਲ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਦੇ ਵਿੱਚ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੁਣ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦੇਣ ਤੇ ਅਕਾਲੀ ਦਲ ਕਿਹੜੇ ਮੂੰਹ ਦੇ ਨਾਲ ਇਸ ਗੱਲ ਦਾ ਵਿਰੋਧ ਕਰ ਰਿਹਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਕੋਈ ਹੋਰ ਤਰ ਬੇਅਦਬੀ ਦੇ ਮਾਮਲੇ ਨੂੰ ਫੁੱਟਬਾਲ ਬਣਾ ਕੇ ਵਰਤਿਆ ਜਾ ਰਿਹਾ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਹੋਰ ਵੱਡੇ ਵੱਡੇ ਮੁੱਦੇ ਆ ਜਿਹੜੇ ਕਿ ਦਹਾਕਿਆਂ ਤੱਕ ਹਾਲੇ ਤੱਕ ਪਹਿਲਾਂ ਵਾਂਗੀ ਊਠ ਦੇ ਬੁੱਲ ਵਾਂਗੂ ਲਟਕ ਰਹੇ ਆ ਇਹ ਬੇਅਦਬੀ ਦਾ ਮਾਮਲਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੈ ਜਿਹੜੀ ਇਸ ਮਸਲੇ ਦੇ ਉੱਤੇ ਰਾਜਨੀਤਿਕ ਕਰਨ ਤੋਂ ਸਾਡੇ ਨੇਤਾਬਾਜ਼ ਹਾਲੇ ਤੱਕ ਨਹੀਂ ਆਏ ਕਿਉਂਕਿ ਆਪਾਂ ਜਾਣਦੇ ਹਾਂ ਕਿ ਕਾਂਗਰਸ ਨੂੰ ਇਹ ਯਾਦਦਾ ਕਿ ਬਾਕੀ ਸਾਰੇ ਮੁੱਦੇ ਇੱਕ ਪਾਸੇ ਪੰਜਾਬ ਦੇ ਲੋਕਾਂ ਦੀ ਭਾਵਕਤਾ ਵਾਲੀ ਸਮਝ ਆ ਇਸ ਕਰਕੇ ਇਸ ਮੁੱਦੇ ਨੂੰ ਉਭਾਰ ਕੇ ਰੱਖੀਏ ਅਕਾਲੀ ਦਲ ਨੂੰ ਇਸ ਗੱਲ ਦਾ ਫਿਕਰ ਹੈ ਕਿ ਇਸ ਚੁੰਗਲ ਦੇ ਵਿੱਚੋਂ ਇਸ ਗੱਲ ਦੇ ਵਿੱਚੋਂ ਅਸੀਂ ਨਿਕਲ ਗਏ ਤਾਂ ਸਾਡਾ ਉਬਾਰ ਹੋ ਸਕਦਾ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਦੋਨੋਂ ਪਾਰਟੀਆਂ ਰਲੀਆਂ ਮਿਲੀਆਂ ਇਹ ਮਿਲਮਿਲਾ ਕੇ ਚੱਲਦੀਆਂ ਇਸ ਕਰਕੇ ਮਸਲੇ ਦਾ ਹੱਲ ਨਹੀਂ ਨਿਕਲਦਾ ਪਰ ক্লোਜ਼ਰ ਰਿਪੋਰਟ ਨੂੰ ਅਦਾਲਤ ਦੇ ਵਿੱਚ ਦਾਖਲ ਕਰਨ ਤੋਂ ਬਾਅਦ ਜਿਸ ਤਰੀਕੇ ਦੀ ਪੰਜਾਬ ਦੇ ਅੰਦਰ ਸਿਆਸਤ ਛੜੀ ਹੈ ਇਹ ਕੋਈ ਚੰਗੀ ਨਹੀਂ ਤੇ ਨਾ ਹੀ ਇਹਦਾ ਕੋਈ ਸਾਰਥਕ ਸਿੱਟਾ ਸਾਹਮਣੇ ਆਉਣ ਦੀ ਆਸ ਹੈ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸੀਬੀਆਈ ਤੱਕ ਦੁਬਾਰਾ ਪਹੁੰਚ ਕਰ ਰਹੇ ਹਾਂ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਦੀ ਖਿਲਾਫਤ ਕਰਦੇ ਹਾਂ ਆਮ ਆਰਮੀ ਪਾਰਟੀ ਦੇ ਵੱਲੋਂ ਹੋਰ ਵਿਚਾਰ ਪੇਸ਼ ਕੀਤੇ ਜਾ ਰਹੇ ਹਨ ਪਰ ਜੋ ਅਸਲ ਮਾਮਲਾ ਉਹਦੇ ਤੋਂ ਸਭ ਦਾ ਧਿਆਨ ਉਰੇ ਪਰੇ ਹੋ ਚੁੱਕਿਆ ਜਿਹੜੇ ਦੋਸ਼ੀਆਂ ਨੇ ਬੇਅਦਬੀ ਕੀਤੀ ਜਾਂ ਜਿਨ੍ਹਾਂ ਦੇ ਕਹਿਣ ਦੇ ਉੱਤੇ ਬੇਅਦਬੀ ਕੀਤੀ ਇਸ ਮਸਲੇ ਦੇ ਵੱਲ ਹੁਣ ਜਾਂਚ ਪੜਤਾਲ ਵਧ ਹੀ ਨਹੀਂ ਰਹੀ ਆਪਾਂ ਜਾਣਦੇ ਹਾਂ ਕਿ ਕੁਮਰ ਵਿਜੇ ਪ੍ਰਤਾਪ ਖੁਰਾਣੇ ਵੱਲੋਂ ਬੜੀ ਤਸੱਲੀ ਦੇ ਨਾਲ ਤੇ ਬੜੀ ਦਲੇਰੀ ਦੇ ਨਾਲ ਜਾਂਚ ਪੜਤਾਲ ਅੱਗੇ ਵਧਾਈ ਗਈ ਸੀ ਪਰ ਹੁਣ ਇਉਂ ਲੱਗਦਾ ਕਿ ਇਹ ਮਾਮਲਾ ਸਿਰਫ ਖਬਰਾਂ ਦਾ ਰਹਿ ਗਿਆ ਇਸ ਮਸਲੇ ਨੂੰ ਸਾਹਸੱਤ ਹੀਣ ਕਰ ਦਿੱਤਾ ਗਿਆ ਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਮਸਲੇ ਨੂੰ ਕਦੇ ਤਣਪਤਣ ਲੱਗਿਆ ਅਸੀਂ ਦੇਖਾਂਗੇ ਵੀ ਦੋਸ਼ੀਆਂ ਦੀ ਅਸੀਂ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਦੇਖਾਂਗੇ ਜਾਂ ਫਿਰ ਸਿਰਫ ਖਬਰਾਂ ਹੀ ਪੜਦੇ ਰ੍ਹਾਂਗੇ ਖਬਰਾਂ ਦੇ ਉੱਤੇ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਲਗਾਤਾਰ ਲਿਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ